ਆ ਡਾਂਸਰਾਂ ਬਣ ਕੇ ਨੱਚਦੀਆਂ ਨੇ ਤੇ ਟੈਲੈਂਟ ਦੱਸਦੇ ਮਾਪੇ ਆ ਆ ਜਿਹੜੀਆਂ ਕਦੇ ਮੂੰਹ ਦਿਖਾਉਣ ਤੋਂ ਡਰਦੀਆਂ ਸੀ ਆ ਜਿੱਥੇ ਅੱਜ ਕੁਝ ਨਹੀਂ ਦਿਖਾਉਣਾ ਅੱਜ ਉੱਥੇ ਵੀ ਇਹਨਾਂ ਨੇ ਟੈਟੂ ਛਾਪੇ ਆ ਤਰੀਕੇ ਬਹੁਤ ਨੇ ਸੋਸ਼ਲ ਮੀਡੀਆ ਤੇ ਹਨਾ ਵਾਇਰਲ ਹੋਣ ਲਈ ਕੁਝ ਕੁੜੀਆਂ ਹੁਣ ਗਲਤ ਵੀ ਓਪਨਾ ਰੀਆਂ ਨੇ ਹਨਾ ਬਹੁਤ ਗਲਤ ਆ ਰਿਹਾ ਕਿ ਕੋਈ ਟੈਟੂ ਵਗੈਰਾ ਵਖਾਣ ਡੀਆਂ ਨੇ ਮੈਂ ਕਿੱਥੇ ਕਿੱਥੇ ਬਣਾਇਆ ਕੋਈ ਕੱਪੜੇ ਉਤਾਰਨ ਡੀਆਂ ਨੇ ਵੀ ਸੋਸ਼ਲ ਮੀਡੀਆ ਇਹ ਹੋ ਜਾ ਪਲੇਟਫਾਰਮ ਨਹੀਂ ਆ ਉਹ ਗੰਦੇ ਚੰਗੇ ਸਾਰੇ ਕਮੈਂਟ ਵਿੱਚ ਆਂਦੇ ਆ ਗੁਰਬਾਣੀ ਆਪਾਂ ਸੁਣਦੇ ਆ YouTube ਤੇ ਰੱਬ ਦਾ ਨਾਮ ਸੁਣਦੇ ਆ ਉਹਨੂੰ ਵੀ ਲੋਕਾਂ ਨੇ ਡਿਸਲਾਈਕ ਕੀਤਾ ਹੁੰਦਾ ਲੋਕਾਂ ਨੇ ਰੱਬ ਨੂੰ ਨਹੀਂ ਛੱਡਿਆ ਆਪਾਂ ਤੇ ਇਨਸਾਨ ਆ ਕਈ ਕਮੈਂਟ ਐਦਾਂ ਦੇ ਕਰਦੇ ਆ ਜਿਹੜੇ ਖੁਦ ਸਰਦਾਰ ਹੁੰਦੇ ਆ ਹਨਾ ਉਹ ਖੁਦ ਇੰਨੇ ਨੇ ਗੰਦੇ ਕਮੈਂਟ ਕਰਦੇ ਆ ਨਾ ਅੱਜਕੱਲ ਜਿਹੜੇ ਪੜੇ ਲਿਖੇ ਨਹੀਂ ਆ ਉਹਨਾਂ ਦੀ ਪੁਰਾਣੀ ਸੋਚ ਆ ਇਸ ਕਰਕੇ ਉਹ ਇਹ ਸੋਚਦੇ ਨੇ ਕਿ ਕੁੜੀ ਕੀ ਕਰੀ ਆ ਨਾ ਚੰਗਾ ਨਹੀਂ ਲੱਗਦਾ ਕਾਨੂੰਨੀ ਦਾ ਵਿਆਹ ਹੀ ਹੋਣਾ ਕੌਣ ਕਰੇਗਾ ਇਹਦੇ ਨਾਲ ਵਿਆਹ ਅਸੀਂ ਸਿੱਧੂ ਮੂਸੇ ਵਾਲੇ ਨੂੰ ਬਹੁਤ ਮੰਨਦੇ ਸੀ ਅਸੀਂ ਉਸਤਾਦ ਮੰਨਦੇ ਆ ਆਪਣਾ ਤੇ ਬੜੀ ਸਪੋਰਟ ਕਰਦੇ ਆ ਉਹਨਾਂ ਦੀ ਮੈਂ ਉਹਨਾਂ ਨੂੰ ਆਪਣਾ ਵੀਰ ਮੰਨਦੀ ਆ ਹਰ ਸਾਲ ਰਕੜੀ ਵੀ ਭੇਜਦੀ ਆ ਮੈਂ ਉਹਨਾਂ ਦੇ ਸਪੋਰਟ 'ਚ ਇੱਕ ਗਾਣਾ ਵੀ ਕੱਢਿਆ ਸਿੱਧੂ ਥਾਪੀ ਵਜਦੀ ਮੇਰੇ Song ਦਾ ਨਾਮ ਸੀ ਆ ਕੋਈ ਕਹਿੰਦੇ ਕਰਦੇ ਨਸ਼ਾ ਤੇ ਕੋਈ ਕਹਿੰਦਾ ਖਾਂਦੇ ਭੁੱਕੀ ਆ ਆ ਡਰਾਈਵਰੀ ਤਾਂ ਕੋਈ ਕੋਈ ਕਰ ਸਕਦਾ ਵੀਰੇ ਆ ਬੋਲਦੀ ਤਾਂ ਬੜੀ ਦੁੱਕੀ ਤਿੱਕੀ ਆ ਆ ਜੋ ਮਰਜ਼ੀ ਬੋਲੀ ਜਾ ਡਰਾਈਵਰ ਤਾਂ ਆਪਣੀ ਮਨਮਰਜ਼ੀ ਕਰਦੇ ਆ ਆ ਜੋ ਇਹਨਾਂ ਦੀ ਵੀ ਫੌਜੀਆ ਵਾਲੀ ਆ ਕੜ ਕਦੇ ਕਦੇ ਵਰਦੇ ਆ ਹੈ ਨਾਰੇ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗੱਲ ਕਰੀਏ ਸੋਸ਼ਲ ਮੀਡੀਆ ਦੀ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਬੜਾ ਬੋਲਬਾਲਾ ਹੈ ਹਰ ਕੋਈ ਸੋਸ਼ਲ ਮੀਡੀਆ ਦੇ ਵਿੱਚ ਹੀ ਖੁਬਾ ਰਹਿੰਦਾ ਲੇਕਿਨ ਉਹਦਾ ਫਾਇਦਾ ਕੀ ਹੈ ਜਿਆਦਾ ਲੋਕੀ ਸੋਸ਼ਲ ਮੀਡੀਆ ਦੀਆਂ ਉਹ ਸਾਈਟਾਂ ਵੇਖਦੇ ਰਹਿੰਦੇ ਨੇ ਟਾਈਮ ਆਪਣਾ ਨਗਾਹਦੇ ਨੇ ਜਿਹੜੀਆਂ ਨਹੀਂ ਵੇਖਣ ਵਾਲੀਆਂ ਹੁੰਦੀਆਂ ਲੇਕਿਨ ਕਈ ਲੋਕਾਂ ਵੱਲੋਂ ਸੋਸ਼ਲ ਮੀਡੀਆ ਦਾ ਸਹੀ ਫਾਇਦਾ ਉਠਾ ਕੇ ਤੇ ਆਪਣੇ ਜੀਵਨ 'ਚ ਸਹੀ ਆਪਣਾ ਰਾਹ ਦਿਖਾਉਂਦੀਆਂ ਨੇ ਤੇ ਬੁਲੰਦੀਆਂ ਤੱਕ ਲੈ ਜਾਂਦੀ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਇਹੋ ਚੀਜ਼ ਆ ਵੀ ਜਦੋਂ ਅਸੀਂ ਸਹੀ ਢੰਗ ਨਾਲ ਇਸਤੇਮਾਲ ਕਰਾਂਗੇ ਤੇ ਸਾਡਾ ਕਿਤੇ ਦਾ ਕਿਤੇ ਪਹੁੰਚ ਜਾਗੇ। ਬੁਲੰਦੀਆਂ ਤੱਕ ਵੀ ਪਹੁੰਚ ਸਕਦੇ ਆ ਸਾਡੀ ਕਾਫੀ ਉੱਚੀ ਚੜ੍ਹਾਈ ਵੀ ਹੋ ਸਕਦੀ ਆ। ਗੱਲ ਕਰਦੇ ਹਾਂ ਗੁਦਾਸਪੁਰ ਦਾ ਇੱਕ ਛੋਟਾ ਜਿਹਾ ਕਸਬਾ ਹੈ ਬੜਾ ਪਛੜਿਆ ਰਿਹਾ ਹੈ। ਉਸ ਤੋਂ ਦੀ ਇੱਕ ਧੀ ਹੈ ਜਿਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪਣੇ ਟਿਕਟੌਕ ਤੇ ਫਿਰ ਇੰਸਟਾਗ੍ਰam ਤੇ ਅਤੇ YouTube ਦੇ ਰਾਹੀਂ ਕਾਫੀ ਪੈਸਾ ਵੀ ਕਮਾਇਆ ਤੇ ਕਾਫੀ ਨਾਮ ਵੀ ਕਮਾਇਆ। ਗੱਲ ਕਰਦੇ ਹਾਂ ਨਿਕਤਾ ਸ਼ਰਮਾ ਜੀ। ਤਸਵੀਰਾਂ ਸਾਂਝੀਆਂ ਕਰਦਾ ਮੈਂ ਉਹਨਾਂ ਦੀਆਂ ਜਿਨ੍ਹਾਂ ਨੇ ਛੋਟੀ ਉਮਰੇ ਹੀ ਇਸ ਸੋਸ਼ਲ ਮੀਡੀਆ ਸਹਾਰਾ ਲੈ ਕੇ ਕਾਫੀ ਨਾਮ ਵੀ ਕਮਾ ਲਿਆ ਹੈ ਇਲਾਕੇ ਵਿੱਚ ਕਾਫੀ ਨਾਮ ਚਰਚਾ ਵੀ ਹੈ ਹੁਣ ਉਹਨਾਂ ਦੇ ਦੋ ਤਿੰਨ Song ਵੀ ਆ ਰਹੇ ਹਨ ਗੱਲ ਵੀ ਕਰਾਂਗੇ ਉਸ ਨਿਕਿਤਾ ਸ਼ਰਮਾ ਨਾਲ ਕਿਉਂਕਿ ਛੋਟੀ ਉਮਰੇ ਹੀ ਉਹਨਾਂ ਨੇ ਇਸ ਪਾਸੇ ਵੱਲ ਧਿਆਨ ਦਿੱਤਾ ਹੈ ਨਾਲ ਨਾਲ ਪੜ੍ਹਾਈ ਵੀ ਕਰ ਰਹੇ ਹਨ ਕੀ ਕਹਿੰਦੇ ਇਹ ਇਸ ਬਾਰੇ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਇਹ ਇਹ ਨਾਮ ਤੁਹਾਡਾ ਮੇਰਾ ਨਾਮ ਨਿਕਿਤਾ ਸ਼ਰਮਾ ਬਿਲਕੁਲ ਇਹ ਏ ਦੱਸੋ ਵੀ ਤੁਸੀਂ ਇਸ ਪਾਸੇ ਵੱਲ ਸੋਸ਼ਲ ਮੀਡੀਆ ਵੱਲ ਕਿੱਦਾਂ ਤੁਹਾਡਾ ਧਿਆਨ ਗਿਆ ਵੀ ਸੋਸ਼ਲ ਮੀਡੀਆ ਦੀ ਆਪਾਂ ਕਰੀਏ ਕਿਉਂ ਹੋਰ ਵੀ ਕਈ ਹੈ ਹੈਗਨ ਜਿ ਆਪਾਂ ਨਾਮ ਵੀ ਆਪਾਂ ਉੱਚਾ ਕਰਨਾ ਵਾ ਖੇਡਾਂ ਵੀ ਹੈਗੀਆਂ ਵਾ ਪੜਾਈ ਵਿੱਚ ਵੀ ਕਿਤੇ ਕਰ ਸਕਦੇ ਆ ਹਾਂਜੀ ਹਾਂ ਵੈਸੇ ਤੇ ਮਤਲਬ ਸਕੂਲ ਟਾਈਮ ਤੋਂ ਮੈਂ ਡਾਂਸ ਵਗੈਰਾ ਕਰਦੀ ਹੁੰਦੀ ਸੀ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਉਸ ਟਾਈਮ ਵੀ ਇਹੀ ਚਾਹੁੰਦੀ ਸੀ ਕਿ ਟੀਵੀ ਵਿੱਚ ਆਵਾਂ ਤੇ ਉਸ ਤੋਂ ਬਾਅਦ ਫਿਰ ਮਤਲਬ ਇੱਕ ਟਿਕਟੌਕ ਚੱਲਿਆ ਆ ਤੇ ਉਹਦੇ ਤੇ ਸਾਡੇ ਲੋਕ ਹੀ ਫੇਮਸ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਮੈਂ ਵੀ ਉਹ ਚ ਇੱਕ ਪਾਰਟਿਸਪੇਟ ਹੀ ਕੀਤਾ ਸਮਝ ਲੋ ਤੇ ਉਹਦਾ ਵੀ ਇਦਾਂ ਮਤਲਬ ਜਿਦਾ ਨੋਰਮਲ ਕੁੜੀਆਂ ਵੀਡੀਓਜ਼ ਬਣਾਉਂਦੀਆਂ ਉਹਦਾ ਬਣਾਉਂਦੀ ਸੀ ਫਿਰ ਇੱਕ ਦਿਨ ਮੈਂ ਤੇ ਮੇਰਾ ਬ੍ਰਦਰ ਬੈਠੇ ਸੀ ਕਹਿੰਦਾ ਕੀ ਤੂੰ ਚਾਰ ਚਾਰ ਲਾਈਕ ਲੈਣ ਦੀਆਂ ਹਨਾ ਤੇ ਕੁਝ ਇਦਾਂ ਦਾ ਕੜੀ ਆਪਾਂ ਰਲ ਕੇ ਕਿ ਸਾਡੀ ਇੱਜ਼ਤ ਵੀ ਹੋਵੇ ਸਾਨੂੰ ਸਾਰੇ ਲੋਕ ਜਾਣਨ ਵੀ ਫਿਰ ਅਸੀਂ ਸਿੱਧੂ ਮੂਸੇ ਵਾਲੇ ਨੂੰ ਬਹੁਤ ਮੰਨਦੇ ਸੀ ਅਸੀਂ ਉਸਤਾਦ ਮੰਨਦੇ ਆ ਆਪਣਾ ਤੇ ਬੜੀ ਸਪੋਰਟ ਕਰਦੇ ਆ ਉਹਨਾਂ ਦੀ ਮੈਂ ਉਹਨਾਂ ਨੂੰ ਆਪਣਾ ਵੀਰ ਮੰਨਦੀ ਆ ਹਰ ਸਾਲ ਰਖੜੀ ਵੀ ਭੇਜਦੀ ਆ ਤੇ ਫਿਰ ਮੈਂ ਉਹਨਾਂ ਦੀ ਸਪੋਰਟ ਵਿੱਚ ਸ਼ਾਇਰੀ ਕਰਨੀ ਸ਼ੁਰੂ ਕੀਤੀ ਜਿਸ ਦੇ ਨਾਲ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਸੰਦ ਕਰਨ ਲੱਗੇ ਲੋਕੀ ਮੈਂ ਉਹਨਾਂ ਦੀ ਸਪੋਰਟ 'ਚ ਇੱਕ ਗਾਣਾ ਵੀ ਕੱਢਿਆ ਸਿੱਧੂ ਥਾਪੀ ਵੱਜਦੀ ਮੇਰੇ Song ਦਾ ਨਾਮ ਸੀ ਸੋ ਉਹ 7 ਲੱਖ ਦੇ ਕਰੀਬ ਹੋ ਚੁੱਕਾ ਹੈ Song ਮੇਰਾ ਉਹਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਨਹੀਂ ਤੁਸੀਂ ਸੋਸ਼ਲ ਮੀਡੀਆ 'ਚ ਆਏ ਹੋ ਹੁਣ ਜਿਹੜਾ ਤੁਸੀਂ ਆਪਣਾ ਟੌਪਿਕ ਚੁਣਿਆ ਠੀਕ ਹੈ ਜੀ ਸੋਸ਼ਲ ਮੀਡੀਆ ਤੇ ਸ਼ੇਰੋ ਸ਼ਾਇਰੀ ਕਰਨ ਦਾ ਲੇਕਿਨ ਦੇਖਿਆ ਜਾਏ ਤੁਹਾਡਾ ਇਲਾਕਾ ਬੜਾ ਪਛੜਾ ਜਿਹਾ ਲੱਗਦਾ ਤੇ ਇਸ ਇਲਾਕੇ ਵਿੱਚ ਲੋਕੀ ਹੋ ਸਕਦੇ ਉਹ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਹੋਣਗੇ ਆਣ ਗਵਾਨ ਜਾਂ ਬਜ਼ੁਰਗ ਕਹੀ ਲਾ ਲੋ ਕਿਉਂਕਿ ਕੁੜੀਆਂ ਐਸ ਫੀਲਡ 'ਚ ਅੱਗੇ ਆਉਣ ਤੇ ਲੋਕੀ ਸਹੀ ਨਹੀਂ ਸਮਝਦੇ ਹਾਂਜੀ ਉਸ ਟਾਈਮ ਤੇ ਜਦੋਂ ਫਿਰ ਉਸ ਤੋਂ ਬਾਅਦ ਅਸੀਂ ਇੰਸਟਾਗ੍ਰਾਮ ਤੇ ਆਏ ਇੰਸਟਾਗ੍ਰਾਮ ਤੇ ਸੀ ਸੱਚੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿਉਂਕਿ ਸਿੱਧੂ ਨੂੰ سارے ਲੋਕ ਨਹੀਂ ਪਸੰਦ ਕਰਦੇ ਕਈ ਹੋਰ ਹੋੜ ਹੋੜ ਫੈਨਾਂ ਦੇ ਵੀ ਮਤਲਬ ਉਸਤਾਦ ਨੇ ਕਈ ਲੋਕ ਮੰਨਦੇ ਨੇ ਤੇ ਕਈ ਬਜ਼ੁਰਗ ਵੀ ਨੇ ਜੋ ਉਹਨਾਂ ਨੂੰ ਦੇਖਦੇ ਨੇ ਸੋ ਕਈ ਹੁਣ ਜਿਹੜੇ ਬਜ਼ੁਰਗ ਮੇਰੀ ਵੀਡੀਓਜ਼ ਵੇਖਦੇ ਨੇ ਕਈ ਔਰਤਾਂ ਮੈਨੂੰ ਬੜਾ ਪਿਆਰ ਦਿੰਦੀਆਂ ਖਾਸ ਕਰਕੇ ਡਰਾਈਵਰ ਡਰਾਈਵਰਾਂ ਦੇ ਘੜ ਵਾਲੀਆਂ ਬਹੁਤ ਪਿਆਰ ਦਿੰਦੀਆਂ ਜਦੋਂ ਮੈਂ ਉਹਨਾਂ ਨੂੰ ਕਿਤੇ ਮਿਲਾਂ ਤੇ ਉਹ ਫੋਟੋ ਖਿਚਵਾਉਂਦੀਆਂ ਨੇ ਮੇਰੇ ਨਾਲ ਤੇ ਜਿਹੜੇ ਮੇਰੇ ਲਾਗੇ-ਚਾਗੇ ਪਿੰਡਾਂ ਦੇ ਲੋਕ ਨੇ ਬਾਹਰ ਤੇ ਤੁਹਾਨੂੰ ਪਤਾ ਹੀ ਕਿ ਸਾਡੇ ਪਿਆਰ ਹੀ ਕਰਦੇ ਆ ਆਪਣੇ ਲਾਗੇ-ਚਾਗੇ ਤੇ ਕੁਝ ਲੋਕ ਹੁੰਦੇ ਨੇ ਕਿ ਤੁਹਾਨੂੰ ਪਤਾ ਜਿਹੜੇ ਆ ਲਾਲੋ ਕੀ ਪਿਛਲੇ ਟਾਈਮ ਦੇ ਲੋਕ ਅੱਜ ਕੱਲ ਜਿਹੜੇ ਪੜੇ ਲਿਖੇ ਨਹੀਂ ਆ ਉਹਨਾਂ ਦੀ ਪੁਰਾਣੀ ਸੋਚ ਆ ਇਸ ਕਰਕੇ ਉਹ ਸੋਚਦੇ ਨੇ ਕਿ ਕੁੜੀ ਕੀ ਕਰੀ ਆ ਨਾ ਚੰਗਾ ਨਹੀਂ ਲੱਗਦਾ ਕਾਨੂੰਨੀ ਦਾ ਵਿਆਹ ਨਹੀਂ ਹੋਣਾ ਕੌਣ ਕਰੇਗਾ ਇਹਦੇ ਨਾਲ ਵਿਆਹ ਤੇ ਇਹ ਸਾਡੇ ਮਤਲਬ ਉਹ ਮੇਰਾ ਨਾਮ ਲੈਣ ਤੋਂ ਸ਼ਰਮ ਕਰਦੇ ਨੇ ਕਿ ਕਿਹੜੇ ਕੰਮਾਂ ਚ ਪਾਈ ਹੋਈ ਹੈ ਇਹਨਾਂ ਨੇ ਇਹ ਗੱਲ ਕਰੀਏ ਤੁਸੀਂ ਕਹ ਰਹੇ ਹੋ ਡਰਾਈਵਰਾਂ ਦੇ ਜਿਹੜੇ ਘਰਵਾਲੀਆਂ ਨੇ ਉਹ ਤੁਹਾਡਾ ਕਾਫੀ ਪਿਆਰ ਆ ਕਾਫੀ ਚਲ ਵੀ ਉਹ ਕਿਉਂ ਕਿਉਂਕਿ ਮੈਂ ਡਰਾਈਵਰ ਵੀਰਾਂ ਦੀ ਹਮੇਸ਼ਾ ਸਪੋਰਟ ਕਰਦੀ ਆ ਉਹਨਾਂ ਲਈ ਵਧੀਆ-ਵਧੀਆ ਸ਼ਾਇਰੀ ਲੇਖਦੀ ਆ ਬੋਲਦੀ ਆ ਜੋ ਕਿ ਫਿਰ ਤੁਹਾਨੂੰ ਤਾਂ ਪਤਾ ਹੀ ਕੀ ਫਿਰ ਉਹਨਾਂ ਦੇ ਡਰਾਈਵਰ ਜਿਹੜੇ ਬਾਹਰ ਗਏ ਹੁੰਦੇ ਆ ਹਨਾ ਉਹ ਵੀ ਮਿਸ ਕਰਦੀਆਂ ਨੇ ਤੇ ਜੋ ਵਰਤਦਾ ਟਾਈਮ ਹੁੰਦਾ ਕਿਉਂਕਿ ਇੱਕ ਡਰਾਈਵਰ ਜਿਹੜਾ ਆਪਣੀ ਜਨਾਨੀ ਦਾ ਹਰ ਚਾਪੂੜਾ ਕਰਦਾ ਆ ਤੇ ਇਸ ਫਿਰ ਉਹ ਜ਼ਿਆਦਾ ਪਸੰਦ ਕਰਦੀਆਂ ਨੇ ਤੇ ਬਹੁਤ ਜ਼ਿਆਦਾ ਲਾਈਕ ਕਰਦੀਆਂ ਨੇ ਮੈਨੂੰ ਤੇ ਕਿਹੜਾ ਤੁਸੀਂ ਉਹ ਸੌਂਗ ਜਾਂ ਕਿਹੜਾ ਸ਼ੇਅਰ ਬੋਲਿਆ ਜਿਸ ਕਰਕੇ ਤੁਹਾਨੂੰ ਜ਼ਿਆਦਾ ਪਸੰਦ ਕੀਤਾ ਉਹ ਡਰਾਈਵਰਾਂ ਦੀ ਕਰਦੀਆਂ ਉਹਨੂੰ ਡਰਾਈਵਰ ਉਸ ਟਾਈਮ ਮੈਂ ਇੱਕੋ ਸ਼ਾਇਰ ਬੋਲਿਆ ਸੀ ਮੈਂ ਟਿਕਟੋਕ ਦੇ ਉੱਤੇ ਜਿੱਦ ਨੂੰ ਮੈਨੂੰ ਮਿਲੀਅਨਸ ਹੋਇਆ ਮਿਲੀਅਨ ਹੋਇਆ ਸੀ ਤੇ ਉਹ ਉਹ ਸ਼ਾਇਰੀ ਸੀ ਕਿ ਆਵਲੀ ਆ ਕੋਈ ਕਹਿੰਦੇ ਕਰਦੇ ਨਸ਼ਾ ਤੇ ਕੋਈ ਕਹਿੰਦਾ ਖਾਂਦੇ ਭੁੱਕੀ ਆ ਆ ਡਰਾਈਵਰੀ ਤਾਂ ਕੋਈ ਕੋਈ ਕਰ ਸਕਦਾ ਵੀਰੇ ਆ ਬੋਲਦੀ ਤਾਂ ਬੜੀ ਦੁੱਕੀ ਤਿੱਕੀ ਆ ਆ ਜਦੋਂ ਹੁੰਦੀ ਆ ਨਵੀਂ ਨਵੀਂ ਡਰਾਈਵਰੀ ਤਾਂ ਹਰ ਕੋਈ ਇਹ ਸੰਗਦਾ ਔਰ ਡਰਾਈਵਰਾਂ ਨੂੰ ਉਹ ਮਾੜਾ ਬੋਲਦੇ ਜਿਨ੍ਹਾਂ ਦਾ ਸਾਈਕਲ ਚਲੋਣ ਲੱਗਿਆ ਵੀ ਦਿਲ ਕੰਬਦਾ ਅੱਜ ਉਹ ਮਰਜ਼ੀ ਬੋਲੀ ਜਾ ਡਰਾਈਵਰ ਤਾਂ ਆਪਣੀ ਮਨਮਰਜ਼ੀ ਕਰਦੇ ਆ ਅੱਜ ਉਹ ਇਹਨਾਂ ਦੀ ਵੀ ਫੌਜੀਆਂ ਵਾਲੀ ਆ ਘੜ ਕਦੇ ਕਦੇ ਵਰਦੇ ਆ ਆ ਸੱਚ ਕਹਿੰਨੇ ਆ ਕਦੇ ਕੁਫਰ ਨਾਲ ਤੋਲੋ ਆ ਡਰਾਈਵਰਾਂ ਨੂੰ ਕਦੇ ਮਾੜਾ ਨਾ ਬੋਲੋ ਆ ਡਰਾਈਵਰਾਂ ਨੂੰ ਕਦੇ ਮਾੜਾ ਨਾ ਬੋਲੋ ਜੀ ਬਹੁਤ ਵਧੀਆ ਬਹੁਤ ਸੋਹਣਾ ਛੇ ਲਿਖਿਆ ਤੁਸੀਂ ਸਾਨੂੰ ਹੀ ਪਸੰਦ ਆ ਤੁਸੀਂ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਤੁਹਾਡੇ ਆ ਰਹੇ ਨੇ ਇਹਨਾਂ ਤੇ ਕਮੈਂਟ ਵੀ ਕਈ ਗਲਤ ਆ ਰਹੇ ਨੇ ਕਈ ਲੱਗਦਾ ਗਲਤੀ ਵੀ ਕਰਦੇ ਕਿ ਉਹਨਾਂ ਨੇ ਸੋਚ ਨਹੀਂ ਉਸ ਤੱਕ ਹੁੰਦੀ ਹੈ ਸੀਮਤ ਹੁੰਦੀ ਹੈ ਤੇ ਉਹ ਜਾਨੀ ਕਿ ਲੜਕੀ ਦੇ ਵੇਖ ਕੇ ਜਿਆਦਾ ਕਮੈਂਟ ਗਲਤ ਕਰਦੇ ਨੇ ਉਹਨਾਂ ਬਾਰੇ ਅਸੀਂ ਕੁਝ ਨਹੀਂ ਅਗਰ ਕੁਝ ਗਲਤ ਕਮੈਂਟ ਕਰਦੇ ਆ ਤੇ ਉਹ ਤੇ ਸਿਰਫ ਮੈਂ ਦੇਖਿਆ ਆ ਕਿਉਂਕਿ ਤੁਸੀਂ ਤੁਹਾਨੂੰ ਪਤਾ ਹੈ ਕਿ ਹੁਣ ਮੇਰੇ ਮਤਲਬ ਕਾਫੀ ਜ਼ਿਆਦਾ ਫਾਲੋਅਰਸ ਹੋ ਗਏ ਨੇ ਤੇ ਉਹਨਾਂ ਵਿੱਚ ਸਿਰਫ ਕੁਝ 5-10 ਹੋਣਗੇ ਜਿਹੜੇ ਗਲਤ ਕਮੈਂਟ ਕਰਦੇ ਆ ਬਾਕੀ ਤੇ ਮੈਨੂੰ ਇਹ ਕਮੈਂਟ ਕਰਦੇ ਆ ਇਹ ਤੇਰੇ ਵਰਗੀ ਧੀ ਰੱਬ ਸਾਰਿਆਂ ਨੂੰ ਦੇਵੇ ਤੇਜ ਵਰਗੀ ਭੈਣ ਦੇਵੇ ਉਮੀਦ ਤਰੱਕੀ ਲਈ ਦੁਆਵਾਂ ਮੰਗਦੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੇ ਜਿਹੜੇ ਗਲਤ ਕਮੈਂਟ ਕਰਦੇ ਆ ਜਦੋਂ ਮੈਂ ਲਾਈਵ ਹੁੰਨੀ ਆ ਤੇ ਮੈਂ ਉਹਨਾਂ ਦੀ ਬੇਇੱਜ਼ਤੀ ਵਿੱਚੇ ਕਰ ਦਿੰਨੀ ਆ ਕਿ ਮਤਲਬ ਕਈ ਕਮੈਂਟ ਐਦਾਂ ਦੇ ਕਰਦੇ ਆ ਜਿਹੜੇ ਖੁਦ ਸਰਦਾਰ ਹੁੰਦੇ ਆ ਹਨਾ ਉਹ ਖੁਦ ਇੰਨੇ ਨੇ ਗੰਦੇ ਕਮੈਂਟ ਕਰਦੇ ਆ ਨਾ ਫਿਰ ਮੈਂ ਉਹਨਾਂ ਦੀ ਚੰਗੀ ਤਰ੍ਹਾਂ ਬੇਇੱਜ਼ਤੀ ਕਰਨੀ ਆ ਕਿ ਮਤਲਬ ਮੈਨੂੰ ਇਹ ਹੁੰਦਾ ਹੈ ਕਿ ਚਾਹੇ ਮੈਂ ਦੂਜਿਆਂ ਤੋਂ ਉਮੀਦ ਕਰ ਸਕਦੀ ਆ ਕਿ ਦੂਜੇ ਮੈਨੂੰ ਐਦਾਂ ਕਹਿਣਗੇ ਪਰ ਤੁਸੀਂ ਇੱਕ ਸਰਦਾਰ ਵੀਰ ਹੋ ਕਿ ਮੈਨੂੰ ਐਦਾਂ ਦਾ ਕਮੈਂਟ ਕਰਦੇ ਹੋ ਕਿ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਹੁੰਦੀ ਫਿਰ ਆਓ ਫਿਰ ਖੁਦ ਮ ਬਹੁਤ ਚੰਗਾ ਲੱਗਦਾ ਆ ਕਿ ਹਾਂ ਕਿ ਦੁਨੀਆ ਕੁਝ ਤਾਂ ਸੁਧਰਨ ਦੀ ਆ ਇਹ ਸਾਰਾ ਕੁਝ ਦਾ ਸਿਸਟਮ ਹੈਗਾ ਜਿਵੇਂ ਸ਼ਿਰੋਸ਼ਾਹੀ ਲਿਖਣਾ ਜਾਂ ਤੁਸੀਂ ਵੀਡੀਓ ਬਣਾਣਾ ਉਹਨੂੰ ਐਡਿਟ ਕਰਨਾ ਇਹ ਸਾਰਾ ਕਿੱਥੋਂ ਕਰਾਉਂਦੇ ਤੁਸੀਂ ਸ਼ਿਰੋਸ਼ਾਹੀ ਤੇ ਮੈਂ ਬਹੁਤ ਘੱਟ ਲਿਖਦੀ ਆ ਮੇਰੇ ਪਾਪਾ ਮੇਰੇ ਬ੍ਰਦਰ ਇਹੀ ਜਿਹਾ ਲਿਖਦੇ ਨੇ ਮੇਰਾ ਬ੍ਰਦਰ ਹੀ ਐਡੀਟਿੰਗ ਕਰਦਾ ਆ ਡਬਿੰਗ ਵਗੈਰਾ ਕਈ ਵਾਰ ਸਾਡੀ ਲੜਾਈ ਬਹੁਤ ਹੁੰਦੀ ਆ ਜਦੋਂ ਡਬਿੰਗ ਕਰਨੀ ਹੁੰਦੀ ਆ ਨਾ ਤੇ ਮੈਨੂੰ ਕਈ ਵਾਰੀ ਭੁੱਲ ਜਾਂਦਾ ਆ ਇੱਕ ਸ਼ਾਇਰੀ ਨੂੰ ਅਸੀਂ ਬਹੁਤ ਟਾਈਮ ਲਾਉਂਦੇ ਆ ਤੇ ਮੇਰੇ ਕੋਲ ਬਹੁਤ ਵਾਰੀ ਕਦੀ ਕੁਝ ਗਲਤ ਨਿਕਲ ਜਾਂਦਾ ਹੈ ਉਹ ਮੈਨੂੰ ਕੁੱਟਣ ਲੱਭਦਾ ਤਾਂ ਇਹ ਕੀ ਕਰਨ ਦੀਆਂ ਫਿਰ ਜਦੋਂ ਅਸੀਂ ਉਹਨੂੰ ਅਪਲੋਡ ਕਰਦੇ ਆ ਜਦੋਂ ਸਾਨੂੰ ਕਿੰਨੇ ਕਿੰਨੇ ਲਾਈਕ ਹੁੰਦੇ ਆ ਕਮੈਂਟਸ ਵਧਿਆ ਹੁੰਦੇ ਆ ਫਿਰ ਉਹ ਜਿਹੜੀ ਸਾਡੀ ਲੜਾਈ ਹੁੰਦੀ ਹੈ ਸਾਰੀ ਪੁੱਲ ਜਾਂਦੇ ਆ ਮਤਲਬ ਜੋ ਕਮੈਂਟਸ ਕਾਫੀ ਹੋ ਗਏ ਲਾਈਕ ਹੋ ਗਏ ਫਿਰ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਆ ਮਿਹਨਤ ਕੀਤੀ ਹੈ ਕਿਸੇ ਨਾ ਕਿਸੇ ਪੇ ਰੰਗ ਲੈ ਕੇ ਆਈ ਹੈ ਹਾਂਜੀ ਤੇ ਇਹ ਸਾਰਾ ਜਿਹਾ ਕੁਝ ਤੁਸੀਂ ਕਰਦੇ ਹੋ ਇਹ ਜਾਨੀ ਸ਼ੇਅਰ ਹੋ ਸਾਰੇ ਲਿਖਦੇ ਆ ਇਹ ਤੁਹਾਡੇ ਭਰਾ ਜੀ ਲਿਖਦੇ ਨੇ ਹਾਂਜੀ ਮੇਰੇ ਭਰਾ ਜੀ ਲਿਖਦੇ ਤੇ ਬ੍ਰਦਰ ਵੀ ਲਿਖਦੇ ਨੇ ਔਰ ਸੌਰੀ ਬ੍ਰਦਰ ਦੇ ਪਾਪਾ ਹਾਂਜੀ ਤੁਹਾਡੇ ਪਾਪਾ ਪੁਲਿਸ ਜੋਬ ਹੀ ਕਰਦੇ ਉਹ ਵੀ ਲਿਖਦੇ ਨੇ ਤੇ ਤੁਸੀਂ ਅੱਜ ਕੱਲ ਕੀ ਕਰਨਾ ਚਾਹੋਗੇ ਉਹਨਾਂ ਕੁੜੀਆਂ ਨੂੰ ਜਿਹੜੀਆਂ ਇਸ ਪਾਸੇ ਨਾ ਹੋ ਕੇ ਦੂਜੇ ਪਾਸੇ ਕਿਸੇ ਗਲਤ ਰਸ ਸਾਈਟਾਂ 'ਚ ਹੁੰਦੀਆਂ ਨਾ ਸੋਸ਼ਲ ਮੀਡੀਆ ਨਾਲ ਰابطਾ ਰੱਖ ਕੇ ਕੰਮ ਕਰਦੀਆਂ ਕੀ ਕਰਨਾ ਚਾਹੋਗੇ ਮਤਲਬ ਤਰੀਕੇ ਬਹੁਤ ਨੇ سوشل میڈیا ਤੇ ਹਨਾ ਵਾਇਰਲ ਹੋਣ ਲਈ ਕੁਝ ਕੁੜੀਆਂ ਹੁਣ ਗਲਤ ਵੀ ਓਪਨਾ ਰੀਆਂ ਨੇ ਹਨਾ ਬਹੁਤ ਗਲਤ ਆ ਰਿਹਾ ਹੈ ਕਿ ਕੋਈ ਟੈਟੂ ਵਗੈਰਾ ਵਿਖਾਣ ਡੀਆਂ ਨੇ ਮੈਂ ਕਿੱਥੇ ਕਿੱਥੇ ਬਣਾਇਆ ਕੋਈ ਕੱਪੜੇ ਉਤਾਰਨ ਡੀਆਂ ਨੇ ਗਲਤ ਗਲਤ ਬੋਲ ਰੀਆਂ ਨੇ ਪਰ ਇਹ ਬਹੁਤ ਗਲਤ ਚੀਜ਼ ਆ ਮੈਂ ਉਹਨਾਂ ਨੇ ਇਹੀ ਕਿੰਨੇ ਕਿ ਅਗਰ ਤੁਸੀਂ ਵੀ ਸਾਹਮਣੇ ਆਉਣਾ ਆ ਤੇ ਕੁਝ ਵਧੀਆ ਟੈਲੈਂਟ ਵਿਖਾਓ ਇੱਕ ਕੁੜੀ ਸੀ ਉਹਨੂੰ ਵੀ ਕਿਹਾ ਸੀ ਤੇ ਉਹ ਕਹਿੰਦੀ ਮੇਰਾ ਟੈਲੈਂਟ ਹੀ ਆ ਤੇ ਇਹ ਕਿਦਾਂ ਦਾ ਟੈਲੈਂਟ ਹੋਇਆ ਤੇ ਸੋ ਲੋਕਾਂ ਨੇ ਬੜੀ ਬੇਇੱਜ਼ਤੀ ਕੀਤੀ ਸੀ ਸ਼ਾਇਦ ਉਹਦਾ ਚੈਨਲ ਵੀ ਬਲੌਕ ਹੋ ਗਿਆ ਇਸ ਟਾਈਮ ਤੇ ਹੁਣ ਉਹ ਨਹੀਂ ਆ ਪਰ ਕੁੜੀਆਂ ਨੂੰ ਇਹੀ ਇੱਕੋ ਹੀ ਆ ਕਿ ਅਗੜ ਵਧੀਆ ਕੰਮ 'ਚ ਅੱਗੇ ਆਓ ਤੇ ਤੁਹਾਡੇ ਮਾਪੇ-ਬਾਪ ਦੀ ਵੀ ਇੱਜ਼ਤ ਹੋਏਗੀ ਤੇ ਤੁਹਾਡੀ ਵੀ ਇੱਜ਼ਤ ਹੋਏਗੀ ਦੇਖਣਾ ਕبھی ਸੋਸ਼ਲ ਮੀਡੀਆ 'ਤੇ ਕਾਫੀ ਐਸੀ ਅਸ਼ਲੀਲਤਾ ਫਲਾ ਕੇ ਕੁੜੀਆਂ ਤੇ ਆਪਣੇ ਆਪ ਨੂੰ ਗਾਂ ਕਰਨਾ ਚਾਹੁੰਦੀਆਂ ਲੇਕਿਨ ਉਹ ਅੱਛੀ ਗੱਲ ਨਹੀਂ ਹੈ ਤੇ ਤੁਸੀਂ ਹੁਣ ਇਸ ਸੋਸ਼ਲ ਮੀਡੀਆ ਤੋਂ ਪੈਸੇ ਵੀ ਤੁਹਾਨੂੰ ਆਉਣੇ ਸ਼ੁਰੂ ਹੋ ਗਏ ਆ ਕਮਾਈ ਵੀ ਹੋ ਗਈ ਆ ਕਿੰਨੇ ਖੁਸ਼ੀ ਹੋੜੀ ਹਾਂਜੀ ਬਹੁਤ ਖੁਸ਼ੀ ਹੋੜੀ ਆ ਜੋ ਪਹਿਲੀ ਵਾਰੀ ਮੈਡੀਸਟ ਆਈ ਸੀ ਤੇ ਮਤਲਬ ਮੇਰੇ ਘਰ ਦੇ ਮੈਨੂੰ ਸਟੱਡੀ ਨਹੀਂ ਕਰਾਉਂਦੇ ਕਿੰਦੇ ਆਈ ਮੇਰਾ ਐਸਰੋਂ ਕੀ ਹਾਈਲਾਈਟਸ ਕਰੰਦਾ ਤਾਂ ਨਹੀਂ ਕਰਾਂਦੇ ਤੇ ਮੈਨੂੰ ਹੀ ਕਿ ਮੈਂ ਕਰਨੀ ਕਰਨੀ ਆ ਤੇ ਰੱਬ ਵੱਲੋਂ ਹੀ ਮੇਰੇ YouTube ਵੀ ਹਨਾ ਇਨਕਮ ਆਨ ਲਾਪੀ ਪਹਿਲਾਂ ਮੈਨੂੰ 8-8 ਪੀ ਆਇਆ ਸੀ ਉਹ ਮੇਰੀ ਸਾਰੀ ਮੇਰੀ ਸਟੱਡੀ ਦੀ ਇਨਕਮ ਚੱਲ ਗਈ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਹੁਣ ਮੇਰਾ ਜਿਹੜਾ ਖਰਚਾ ਆ ਉਹ ਮੇਰੀ ਉੱਤੋਂ YouTube ਤੋਂ ਹੀ ਨਿਕਲ ਰਿਹਾ ਆ ਤੇ ਉਹ ਸਭ ਮਿਹਰਬਾਨੀਆਂ ਮੇਰੇ ਦਰਸ਼ਕਾਂ ਦੀ ਜੋ ਮੈਨੂੰ ਦੇਖਦੇ ਆ ਮੈਨੂੰ ਇੰਨਾ ਪਿਆਰ ਕਰਦੇ ਆ ਤੇ ਉਹਨਾਂ ਦੇ ਹੀ ਕਰਕੇ ਮੈਂ ਅੱਜ ਇੱਥੇ ਆਂ ਇੱਕ ਸਾਨੂੰ ਫਿਰ ਉਹ ਜਿਹੜਾ ਤੁਸੀਂ ਟੈਟੂ ਵਾਲਾ ਸ਼ੇਰ ਸੁਣਾਇਆ ਸੀ ਇੱਕ ਵਾਰ ਸਾਡੇ ਦਸਕਿਆਂ ਨੂੰ ਜਰੂਰ ਸੁਣਾਓ ਆ ਡਾਂਸਰਾਂ ਬਣ ਕੇ ਨੱਚਦੀਆਂ ਨੇ ਤੇ ਟੈਲੈਂਟ ਤਾਂ ਦੇ ਮਾਪੇ ਆ ਆ ਜਿਹੜੀਆਂ ਕਦੇ ਮੂੰਹ ਦਿਖਾਉਣ ਤੋਂ ਡਰਦੀਆਂ ਸੀ ਆ ਜਿੱਥੇ ਅੱਜ ਕੁਝ ਨਹੀਂ ਦਿਖਾਉਣਾ ਅੱਜ ਉੱਥੇ ਵੀ ਇਹਨਾਂ ਨੇ ਟੈਟੂ ਛਾਪਿਆ ਜੀ ਬਹੁਤ ਵਧੀਆ ਬਹੁਤ ਸੋਹਣਾ ਘਰ ਦਾ ਕਿੰਨਾ ਸਪੋਰਟ ਆ ਤੁਹਾਨੂੰ ਮੰਮੀ ਦਾ ਹੋ ਗਿਆ ਡੈਡੀ ਦਾ ਹੋ ਗਿਆ ਭਰਾ ਦਾ ਸਪੋਰਟ ਹੈ ਹੀ ਹੈ ਬਾਕੀ ਕੀ ਸਪੋਰਟ ਆ ਕਿਉਂ ਪਹਿਲਾਂ ਤੁਹਾਨੂੰ ਗਾਲਾਂ ਪੈਂਦੀਆਂ ਹੋਣੀਆਂ ਮੰਮੀ ਕੋ ਵੀ ਯਾਰ ਕਿਹੜਾ ਕੰਜਰਖਾਨਾ ਤੋਂ ਕਰਨੀ ਕੀ ਕਰਨ ਦੀ ਆ हां जी बहुतंदासी मेरे पापा ਬੜੇ سپورਟ ਕਰਦੇ ਮੈਨੂੰ ਉਹਨਾਂ ਨੇ ਮੈਨੂੰ ਹਰਮੋਨੀਅਮ ਲੈ ਕੇ ਦਿੱਤਾ ਸੀ ਤੇ ਮੈਂ ਰਾਤ ਨੂੰ ਹਰਮੋਨੀਅਮ ਵਜਾਉਂਦੀ ਹੁੰਦੀ ਤੇ ਮੇਰੇ ਜਿਹੜੇ ਦਾਦਾ ਜੀ ਆ ਮਮਾ ਆ ਕੇ ਕਹਿੰਦੇ ਕਿ ਕਿਹੜਾ ਕੰਢਰ ਖਾਣਾ ਤੂੰ ਲਾਇਆ ਹੈ ਨਾ ਬਾਂਬੜਾਂ ਦੀ ਕੁੜੀ ਕਿ ਅੱਧੀ ਰਾਤੀ ਤੂੰ ਵਜਾਉਂਦੀ ਆ ਪਰ ਮੈਂ ਲੱਗੀ ਰਹਿਣਾ ਲੱਗੀ ਰਹਿਣਾ ਪਾਪਾ ਉਹਨੇ ਕਹਿ ਦੇਣਾ ਕਿ ਮੇਰੀ ਕੁੜੀ ਨੂੰ ਕੁਝ ਨਹੀਂ ਕਹਿਣਾ ਤੁਸੀਂ ਤੇ ਇਹਨੂੰ ਉਹ ਮੈਨੂੰ ਬਸ ਇਹੀ ਕਹਿੰਦੇ ਨੇ ਤੂੰ ਭਾਵੇਂ ਜਿੰਨੀ ਮਰਜ਼ੀ ਰਾਤ ਤੱਕ ਰਿਆਜ਼ ਕਰ ਤੇ ਫਿਰ ਮੈਂ ਹੁਣ ਪਾਪਾ ਵੀ ਸਪੋਰਟ ਕਰਦੇ ਆ ਮੰਮੀ ਵੀ ਹੁਣ ਜਦੋਂ ਮੇਰੀ ਇਨਕਮ ਆਉਣ ਲੱਗੀ ਮੈਂ ਆਪਣਾ ਘਰ ਬਣਾ ਰਹੀ ਆ ਤੇ ਹੁਣ ਤਾਂ ਦਾਦਾ ਦਾਦੀ ਵੀ ਖੁਸ਼ ਨੇ ਨਹੀਂ ਸਾਰੇ ਪਰਿਵਾਰ ਖੁਸ਼ ਆ ਵੀ ਪੈਸੇ ਆਉਣ ਦੇ ਤੇ ਕੁੜੀ ਪੈਸੇ ਕਮਾਉਣ ਦੇ ਪਈ ਆ ਹੁਣ ਪੈ ਜਿਹੜਾ ਮਾਜੀ ਕੰਜਰ ਖਾਣਾ ਕਰੇ ਕੋਈ ਗੱਲ ਨਹੀਂ ਹਾਂਜੀ ਗੱਲ ਪੈਸਿਆਂ ਦੀ ਨਹੀਂ ਗੱਲ ਇਹ ਆ ਕਿ ਹੁਣ ਲੋਕੀ ਦੂਰੂ ਦੂਰੋਂ ਮੇਰੇ ਘਰ ਆਉਂਦੇ ਨੇ ਭਵੇਂ ਕੋਈ ਕਿਸੇ ਦਾ ਪ੍ਰਧਾਨ ਸ਼ਾਇਦ ਜਮ ਲਾਲੋ ਤੁਸੀਂ ਪ੍ਰਧਾਨ ਹੋਣਾ ਸ਼ਿਵ ਸੈਨਾ ਪ੍ਰਧਾਨ ਸੀ ਉਹ ਤੁਹਾਡੀ ਵੱਲਦੇ ਸੀ ਉਹ ਵੀ ਮੈਨੂੰ ਮਿਲਣ ਆਏ ਸੀ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਰੇ ਮੇਰੇ ਬਾੜੇ ਪੁੱਛਦੇ ਆ ਕਿ ਕੁੜੀ ਕਿੱਥੋਂ ਹੁੰਦੀ ਜੀ ਬਿਲਕੁਲ ਜਦੋਂ ਇੱਕ ਵਾਰੀ ਬੰਦਾ ਸਕਸੈਸਫੁਲ ਹੋ ਜੇ ਸਹੀ ਤਰੀਕੇ ਨਾਲ ਚੱਲ ਜੇ ਤੇ ਉਹ ਮੁੜ ਕੇ ਚਾਹ ਕਰਦੇ ਨੂੰ ਹੁੰਦਾ ਸਾਰਾ ਚਾਹ ਹੁੰਦਾ ਸੋ ਗੱਲ ਕਰਦੇ ਉਹਨਾਂ ਦੇ ਭਰਾ ਨਾਲ ਜਿਨ੍ਹਾਂ ਦਾ ਕਾਫੀ ਸਪੋਰਟ ਹੈ ਸ਼ੇਰੋ ਸ਼ਾਇਰ ਲੈ ਕੇ ਦਿੰਦੇ ਨੇ ਤੇ ਨਾਲ ਐਡੀਟਿੰਗ ਵਾਰਾ ਵੀਡੀਓ ਵਾਰਾ ਉਹ ਹੀ ਕਰਦੇ ਨੇ ਹਾਂਜੀ ਸਸ਼ੀਕਾ ਵੀਰ ਜੀ ਹਾਂਜੀ ਸਸ਼ੀਕਾ ਜੀ ਭਾਈ ਮੇਰਾ ਨਾਮ ਗੋਰਾ ਗੋਰਾ ਜੀ ਤੁਸੀਂ ਕਿੱਦਾਂ ਦੀ ਸਪੋਰਟ ਭੈਣ ਨੂੰ ਕਰਦੇ ਹੋ ਸ਼ੇਰੋ ਸ਼ਾਇਰ ਲੈ ਕੇ ਕਰਦੇ ਹੋ ਹੋਰ ਕੀ ਕੀ ਨਾਲ ਤੁਸੀਂ ਹਾਂਜੀ ਭਾਈ ਜੀ ਮੈਂ ਲੇਕ ਕੇ ਵੀ ਦਿੰਦਾ ਤੇ ਨਾਲ ਐਡੀਟਿੰਗ ਜੋ ਵੀ ਐਡੀਟਿੰਗ ਕਰਨੀ ਡਬਿੰਗ ਕਰਨੀ ਸਾਬ ਮੈਂ ਕਰਦਾ ਇਹਦਾ ਕੰਮ ਬਸ ਬੋਲਣਾ ਹੀ ਆ ਉਹ ਤਾਂ ਤੁਸੀਂ ਕੀ ਕਰੋ ਪਰ ਕਰਦੇ ਥੋੜਾ ਬਤਾ ਮੈਂ ਭਾਈ ਡੀ ਫਾਰਮੇਸੀ ਕਰਦਾ ਵਾ ਉਹ ਕਰਦੇ ਹੋ ਜੀ ਤੇ ਇਹ ਤੁਹਾਨੂੰ ਤੁਹਾਨੂੰ ਕਿਤਾ ਖਿਆਲ ਹੈ ਵੀ ਤੁਹਾਡੀ ਭੈਣ ਜਾ ਰਹੀ ਹੈ ਇਸ ਇਲਾਕੇ ਵੱਲ ਤੇ ਤੁਸੀਂ ਸਮਝਾਇਆ ਨਹੀਂ ਪਹਿਲਾਂ ਨਹੀਂ ਨਹੀਂ ਭਾਈ ਉਹ ਕਰ ਕੋਈ ਮਾੜਾ ਕੰਮ ਕਰਦੀ ਪਈ ਆ ਵਧੀਆ ਗੱਲ ਪਹਿਲਾਂ ਹੁੰਦਾ ਨਾ ਵੀ ਸਾਡੀ ਜਿਵੇਂ ਭੈਣ ਕਿਤੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਹੈ ਕੋਈ ਵੀ ਕਰਦੀ ਆ ਤੇ ਅਸੀਂ ਰੋਕਦੇ ਆ ਵੀ ਸੋਸ਼ਲ ਮੀਡੀਆ ਇਹੋ ਜਿਹਾ ਪਲੇਟਫਾਰਮ ਨਹੀਂ ਆ ਕਿਉਂ ਗੰਦੇ ਚੰਗੇ ਸਾਰੇ ਕਮੈਂਟ ਵਿੱਚ ਆਂਦੇ ਆ ਉਹ ਪਾਜੀ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਹਨਾ ਤੇ ਜਦੋਂ ਆਪਾਂ ਪਾਉਂਦੇ ਬਹੁਤ ਵਧੀਆ ਲੋਕੀ ਰਿਸਪੌਂਸ ਕਰਦੇ ਆ ਕੋਈ ਗੱਲ ਨਹੀਂ ਇਦਾਂ ਦੀ ਵਧੀਆ ਗੱਲਾਂ ਕਰਦੇ ਆ ਲੋਕਾਂ ਨੂੰ ਵਧੀਆ ਲੱਗਦੀਆਂ ਆਂਦੀਆਂ ਗੱਲਾਂ ਤੇ ਹੁਣ ਭੈਣ ਉਹ ਨਹੀਂ ਕਾਫੀ ਸਕਸੈਸਫੁਲ ਹੋ ਗਏ ਨੇ ਪੈਸੇ ਵੀ ਆਂਦੇ ਆਪੇ ਨੇ ਉਹਨੇ ਕਿੰਨੀ ਖੁਸ਼ੀ ਹੋਈ ਬਹੁਤ ਵਧੀਆ ਮਤਲਬ ਭੈਣ ਦੇ YouTube ਦੇ ਅਰਨਿੰਗ ਜੋ ਵੀ ਹੋਈ ਉਹ ਆਪਾਂ ਘਰ ਬਣਾਉਂਦੇ ਵੇ ਹਾਂਜੀ ਕਿੰਨੇ ਪੈਸੇ ਆ ਰਹੇ ਹੋ ਤੁਸੀਂ ਉਹ ਘਰ ਬਣਾ ਰਹੇ ਹੋ ਭੈਣ ਦਾ ਪੈਸਾ ਇਹ ਘਰ ਲੱਗ ਰਿਹਾ ਚਲੋ ਅੱਛਾ ਹੋ ਰਿਹਾ ਚਲੋ ਜੋ ਵੀ ਪੈਸਾ ਆ ਰਿਹਾ ਘਰ ਲੱਗ ਰਿਹਾ ਘਰ ਬਣਾ ਰਿਓ ਉਦਾਂ ਹੁਣ ਤੁਸੀਂ ਭੈਣ ਨੂੰ ਕੀ ਸਪੋਰਟ ਕਰਦੇ ਹੋ ਹਾਂਜੀ ਬਹੁਤ ਸਪੋਰਟ ਆ ਸਭ ਕੁਝ ਮੈਂ ਐਡੀਟਿੰਗ ਵੀ ਮੈਂ ਕਰਕੇ ਦਿੰਦਾ ਸਭ ਕੁਝ ਡਬਿੰਗ ਐਡੀਟਿੰਗ ਮਤਲਬ ਇੰਸਟਾਗ੍ਰam ਮੈਂ ਹੁਂ ਹੈਂਡਲ ਕਰਦਾ ਦਾ YouTube ਇੰਸਟਾਗ੍ਰam ਸਭ ਕੁਝ ਜੀ ਹਾਂਜੀ ਤੇ ਪਿੰਡ ਵਾਲੇ ਵਲੋਂ ਤੁਹਾਡੇ ਨਾਲ ਕੋਈ ਜਿਵੇਂ ਬੈ ਕੇ ਕਈ ਵਾਰੀ ਕਮੈਂਟ ਵਗੈਰਾ ਕਰਦੇ ਆ ਜਾਂ ਲੋਕੀ ਗੱਲਾਂ ਵੀ ਕਰਦੇ ਆ ਉਹ ਵੀ ਕਰਦੇ ਹੋਣਗੇ ਹਾਂਜੀ ਭਾਜੀ ਉਹ ਗੱਲਾਂ ਚਲੋ ਮੰਨ ਲਓ ਗੁਰਬਾਣੀ ਆਪਾਂ ਸੁਣਦੇ ਆ YouTube ਤੇ ਰੱਬ ਦਾ ਨਾਮ ਸੁਣਦੇ ਆ ਉਹਨੂੰ ਵੀ ਲੋਕਾਂ ਨੇ ਡਿਸਲਾਈਕ ਕੀਤਾ ਹੁੰਦਾ ਲੋਕਾਂ ਨੇ ਰੱਬ ਨੂੰ ਨਹੀਂ ਛੱਡਿਆ ਆਪਾਂ ਤੇ ਇਨਸਾਨ ਆ ਤੁਸੀਂ ਇੱਥੋਂ ਵੀ ਦੇਖ ਲਓ ਰੱਬ ਨੂੰ ਨਹੀਂ ਲੋਕਾਂ ਨੇ ਛੱਡਿਆ ਆਪਾਂ ਤੇ ਇੱਕ ਛੋਟੇ ਜਿਹੇ ਇਨਸਾਨ ਆ ਇਹ ਆਪਾਂ ਇਹ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਤੇ ਜੋ ਪਾਸੇ ਲੋਕੀ ਗੱਲਾਂ ਕਰਦੇ ਹੋਣਗੇ ਵੀ ਯਾਰ ਤੂੰ ਭੈਣ ਕਿਸੇ ਪਾਸੇ ਲਈ ਆ ਇਦਾਂ ਹੁੰਦਾ ਕੋਈ ਨਹੀਂ ਨਹੀਂ ਮੈਨੂੰ ਅਜੇ ਤੱਕ ਕਹਿੰਦੇ ਨਹੀਂ ਗਿਆ ਤੇ ਜਿਹੜਾ ਵੀ ਕਰਦਾ ਆਪਣੇ ਮਤਲਬ ਬਾਰੋ-ਬਾਰ ਕਰਦਾ ਹੈਗਾ ਮੈਨੂੰ ਨਹੀਂ ਗਿਆ ਮੈਂ ਰਹਿਣਾ ਕੱਲਾ ਕੱਲਾ ਆਪਣੀ ਮਸਤੀ 'ਚ ਰਹਿਣਾ ਜੀ ਬਿਲਕੁਲ ਕਿਸੇ ਗੱਲ ਦੀ ਪਰਵਾਹ ਨਾ ਕਰੀਏ ਕਿਉਂਕਿ ਜਦੋਂ ਅਸੀਂ ਕਿਸੇ ਨਿਸ਼ਾਨੇ ਤੇ ਪਹੁੰਚਣਾ ਹੈ ਕਿ ਸੇ ਨਿਸ਼ਾਨਾ ਸਾਧਰਾ ਤੇ ਫਿਰ ਲੋਕਾਂ ਦੀ ਪਰਵਾਹ ਨਹੀਂ ਕਰੀ ਦੀ ਆਪਣਾ ਏਮ ਲੈ ਕੇ ਤੁਰੇ ਰਹੋ ਪਰ ਚੰਗੇ ਪਾਸੇ ਵੱਲ ਤੁਰਾਂਗੇ ਤੇ ਸਾਰੇ ਸਾਨੂੰ ਲਾਈਕ ਕਰਨਗੇ ਤੇ ਸਾਨੂੰ ਪਿਆਰ ਵੀ ਦੇਣਗੇ ਗੱਲ ਕਰਦੇ ਆ ਪਰਿਵਾਰ ਮੈਂ ਉਹਨਾਂ ਉਹਨਾਂ ਦੀ ਮਾਤਾ ਹੀ ਨਾ ਉਹਨਾਂ ਦਾ ਕੀ ਸਹਯੋਗ ਰਿਹਾ ਹਾਂਜੀ ਇਹ ਤੁਹਾਡੀ ਧੀ ਹੁਣ ਕਾਫੀ ਇਹ ਜਾਣ ਲੋਕਾਂ ਨੂੰ ਸਕਸੈਸਫੁਲ ਹੋ ਗਈ ਆ ਲੋਕਾਂ ਦੇ ਵਿੱਚ ਦੇ ਵਿੱਚ ਚੁਕੀ ਆ ਇੱਕ ਪਛਾਣ ਬਣਾ ਲਈ ਤੁਹਾਡੀ ਧੀ ਨੇ ਤੇ ਪਹਿਲਾਂ ਤੇ ਤੁਸੀਂ ਧੀ ਨੂੰ ਗੱਲਾਂ ਹੀ ਕਰਦੇ ਹੋਵੋਗੇ ਵੀ ਆ ਕੀ ਤੂੰ ਕਰਨ ਢੀਆ سوشل ਮੀਡੀਆ ਤੋਂ ਹਾਂਜੀ ਪਹਿਲਾਂ ਇਹਨੂੰ ਗਾਲਾਂ ਕੱਢਦੇ ਕਿ ਕੀ ਕਰਨ ਢੀਆ ਤੂੰ ਮੈਨੂੰ ਸ਼ਰਮ ਬੜੀ ਆਉਂਦੀ ਰਹੀ ਹੈ ਤੇ ਹੁਣ ਤਾਂ ਉਹਨੂੰ ਬਹੁਤ ਵਧੀਆ ਲੱਗਦਾ ਨਹੀਂ ਉਹਨੂੰ ਵਧੀਆ ਉਦਾਂ ਲੱਗਦਾ ਹੈ ਕਿ ਹੁਣ ਜੇ ਪੈਸੇ ਆਉਣ ਦੇ ਫਿਰ ਵਧੀਆ ਲੱਗਦਾ ਹੈ ਪੈਸੇ ਤਾਂ ਨਹੀਂ ਉਹਨੂੰ ਕੋਈ ਲਾਲਚ ਹੈ ਉਹਨੂੰ ਉਹਦੇ ਬਹੁਤ ਖੁਸ਼ੀ ਹੈ ਨਹੀਂ ਉਹ ਵੀ ਉਦਾਂ ਵੀ ਧੀ ਵੀ ਤੁਹਾਡੀ ਚੰਗੇ ਕੰਮ ਕਰਨ ਢੀਆ ਚੰਗੇ ਪੈਸੇ ਆਈ ਹੈ ਤੇ ਚਲੋ ਪੈਸੇ ਵੀ ਆ ਰਹੇ ਨੇ ਇਹ ਦੋਹਾਂ ਦੀ ਖੁਸ਼ੀ ਤੁਹਾਨੂੰ ਮਤਲਬ ਵਧੀਆ ਲੱਗ ਰਹੀ ਹੈ ਹਾਂ ਦੋਨਾਂ ਦੀ ਖੁਸ਼ੀ ਵਧੀਆ ਲੱਗ ਰਹੀ ਹੈ ਕੀ ਕਹਿਣਾ ਚਾਹੋਗੇ ਆਪਣੀ ਧੀ ਨੂੰ ਤਰੱਕੀਆਂ ਚ ਰਹੇ ਚੱਕਦੇ ਫਟੇ ਚੱਕਦੇ ਫਟੇ ਜੋ ਦਿਲ ਕਰਦਾ ਕਰੀ ਜਾਵੇ ਜੀ ਬਿਲਕੁਲ ਤੇ ਚਲੋ ਇਹ ਸਾਨ ਇਹਨਾਂ ਦੀ ਮਾਤਾ ਜੀ ਸੋ ਕਾਫੀ ਪਛੜਿਆ ਲੱਗਾ ਹੈ ਲੇਕਿਨ ਜਿੰਨੀ ਕਹਿ ਗਈ ਹੈ ਉਹਨਾਂ ਦਾ ਦੱਸਦਾ ਵੀ ਠੀਕ ਹੈ ਧੀ ਦੇ ਨਾਲ ਹੁਣ ਪਹਿਲਾਂ ਵੀ ਲਾ ਲਾਂ ਚਲੋ ਸਟਾਰਟਿੰਗ ਤੇ ਜਿਹੜਾ ਹੁੰਦਾ ਵਾ ਤੇ ਮਾਵਾਂ ਕਰਦੀਆਂ ਹੁੰਦੀਆਂ ਧੀਆਂ ਨੂੰ ਕਿ ਵੀ ਧੀ ਆਲੂ ਗਾ ਨਹੀਂ ਜਾਂਦਰਾ ਤੇ ਆਪਣਾ ਘਰੇ ਪੜੋ ਪੜੋ ਜੋ ਮਰਜ਼ੀ ਕਰੋ ਗੱਲ ਕਰਦੇ ਇਹਨਾਂ ਦੇ ਪਿਤਾ ਹੀ ਨਾ ਉਹਨਾਂ ਦਾ ਕਿੰਨਾ ਕੁ ਰੋਲ ਹੈ ਇਸ ਧੀ ਨੂੰ ਇਸ ਮੁਕਾਮ ਤੱਕ ਲੈ ਕੇ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੇਰਾ ਤੇ ਦਿਲ ਤੋਂ ਸ਼ੁਕਰੀਆ ਦਾ ਕਰਨਾ ਕਿ ਤੁਸੀਂ ਸਾਡੇ ਘਰਾਂ ਜਾਏ ਜੀ ਇੰਟਰਵਿਊ ਬੇਟੀ ਦੀ ਕਰਨਾ ਤੇ ਦਿਲ ਤੋਂ ਤੇ ਧੰਨਵਾਦ ਕਰਦਾ ਤੁਹਾਡਾ ਤੁਹਾਡੇ ਵੱਲੋਂ ਕਿੰਨਾ ਖਸਪੋਰਟ ਰਿਹਾ ਆਪਣੀ ਧੀ ਨੂੰ ਦੇਖੋ ਜੀ ਮੇਰੀ ਧੀ ਨੀ ਬੇਟਾ ਹੀ ਆ ਤੇ ਫੁੱਲ ਸਪੋਰਟ ਹੈ ਮੈਂ ਤਾਂ ਇਹਨੂੰ ਕਿਹਾ ਵਾ ਕਿ ਜਿੰਥੋਂ ਤੱਕ ਤੁਸੀਂ ਜਾਣਾ ਚਾਹੁੰਦੇ ਹੋ ਮੇਰੀ ਫੁੱਲ ਸਪੋਰਟ ਵਾ ਇਹਨਾਂ ਸੌਂਗ ਕਰਨਾ ਸੀ ਪਹਿਲਾ ਮੈਂ ਕਿਹਾ ਕਰੋ ਦੂਜਾ ਕੀਤਾ ਵਾ ਤੀਸਰਾ ਆ ਰਿਹਾ ਵਾ ਚੌਥਾ ਫਿਰ ਆ ਰਿਹਾ ਵਾ ਤੇ ਫੁੱਲ ਸਪੋਰਟ ਹੈ ਦਿਲ ਤੋਂ ਤੇ ਤੁਸੀਂ ਐਜ਼ ਅ ਪੰਜਾਬ ਪੁਲਿਸ ਜੋਬ ਕਰਦੇ ਜੀ ਤੇ ਜੋ ਤੁਸੀਂ ਨੌਕਰੀ ਜਾਂਦੇ ਹੋ ਜਾਂ ਆਪਣੀ ਡਿਊਟੀ ਜਾਂਦੇ ਹੋ ਉਸ ਮੁਤਲਕ ਕੋਈ ਤੁਹਾਡੀ ਕੁੜੀ ਨੂੰ ਵੇਖ ਕੇ ਕਹਿੰਦਾ ਹੋਇਆ ਵੀ ਤੇ ਆ ਯਾਰ ਕੀ ਤੂੰ ਕੁੜੀ ਕੁੜੀ ਨੂੰ ਕਿੱਧਰ ਪਾਇਆ ਜਾ ਕਿ ਗੱਲਾਂ ਕਰਦੇ ਹੋਣਗੇ ਤੁਹਾਡੇ ਜੋਬ ਦੀ ਨਹੀਂ ਜੀ ਨਹੀਂ ਜਿਹੜਾ ਵੀ ਬੇਟੀ ਦੇ ਸ਼ੇਅਰ ਸੁਣਦਾ ਵਾ ਕਹਿੰਦਾ ਬਹੁਤ ਵਧੀਆ ਕੁੜੀ ਬੋਲਦੀ ਐ ਹੁਣ ਦੇਖੋ ਇੱਕ ਦਿਨ ਇਹਦਾ ਨਾ ਆਪਣਾ ਗਾਣੇ ਦੀ ਡਬਿੰਗ ਹੀ ਸੀ ਸੌਂਗ ਦੀ ਤੋ ਆਪਾਂ ਕਰਕੇ ਆ ਰਹੇ ਸੀ ਤੇ ਮੇਰਾ ਨਾ ਕੋਈ ਕਜਨ ਵਾ ਤੋ ਦੇ ਨਾ ਲੱਗੇ ਨਾ ਦੋਸਤ ਐ ਤੋ ਬਿਠਾਤਾ ਇਹਨਾਂ ਨੂੰ ਉੱਥੇ ਘਰੇ 20 ਬੰਦਿਆਂ ਨੇ ਇਹਦੇ ਨਾਲ ਬੇਟੀ ਨਾਲ ਫੋਟੋਆਂ ਖਿਚਵਾਇਆ ਵੀ ਬਹੁਤ ਵਧੀਆ ਭੈਣ ਬੋਲਦੀ ਐ ਹੁਣ ਉੱਥੇ ਜਗਰਾਤਾ ਹੁੰਦਾ ਵਾ ਲਾਗੇ ਗਿੱਲਾਂ ਵਾਲੀ ਏਡਾ ਵਾ ਉਹ ਕਹਿੰਦੇ ਵੀ ਆਪਾਂ ਭੈਣ ਨੂੰ ਮੌਕਾ ਦੇਣਾ ਵਾ ਆਪਾਂ ਬੁਲਾਉਣਾ ਵਾ ਜਗਰਾਤੇ 'ਚ ਤੇ ਮੈਂ ਕਿਹਾ ਵੀ ਫ੍ਰੀ ਕਰੇਗੀ ਆਪਣਾ ਵੀ ਸੋ ਕਹਿੰਦੇ ਵੀ ਨਹੀਂ ਆਪਾਂ ਫਰੀ ਨਹੀਂ ਆਪਾਂ ਪੈਸੇ ਦੇਣੇ ਆ ਮੈਂ ਕਿਹਾ ਸਾਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੈਗਾ ਤੁਸੀਂ ਇੰਨਾ ਹੀ ਇਨਵਾਈਟ ਕੀਤਾ ਵਾ ਤੇ ਆਪਾਂ ਜਰੂਰ ਭਾਵੇਂ 100 ਰੁਪਿਆ ਦੇ ਦਿਓ ਕਹਿੰਦੇ ਸਾਡਾ ਜਗਰਾਤਾ ਨਹੀਂ ਲੱਗਦਾ ਮੈਂ ਕਿਹਾ ਤੁਸੀਂ 100 ਰੁਪਿਆ ਦੇ ਦਿਓ ਆਪਾਂ 100 ਚ ਕਰਕੇ ਚੱਲ ਜਾਾਂਗੇ ਤੇ ਬਾਕੀ ਸਾਨੂੰ ਪੈਸੇ ਦਾ ਲਾਲਚ ਨਹੀਂ ਆ ਹਾਂ ਬੇਟੀ ਦੇ ਪੈਸੇ ਆਏ ਆ ਉਹ ਆਪਣੀ ਕਰਦੀ ਪਈ ਆ ਕਿ ਨਾਮ ਸਟੱਡੀ ਕਰਦੇ ਪਈ ਆ ਉਹ ਲੱਗਦੇ ਆ ਉਹ ਕਹਿੰਦੀ ਵੀ ਮੈਂ ਆਪਣਾ ਘਰ ਬਣਾਉਣਾ ਕੋਈ ਵੀ ਬਾਹਰੋਂ ਆਏ ਪਹਿਲਾਂ ਇਹ ਮਸੂਰ ਫੇਮਸ ਹੋਏ ਸੀ ਨਿਕਤਾ ਪੀਵੀ 33 ਦੇ ਨਾਮ ਤੋਂ ਕਹਿੰਦੇ ਵੀ ਜਿਹੜਾ ਵੀ ਆਏ ਪਤਾ ਲੱਗੇ ਵੀ ਆ ਨਿਕਤਾ ਪੀਵੀ 33 ਦਾ ਘਰ ਵਾ ਦੇਖੋ ਜੀ ਦਿੱਲੀ ਤੱਕ ਫੋਨ ਆਉਂਦੇ ਆ ਪਾ ਆ ਤੁਹਾਡੇ ਕੋ ਆਉਣਾ ਫੋਟੋਆਂ ਕਿ ਚੋਣੀਆਂ ਵਾ ਹੋਰ ਵੀ ਆਉਣਾ ਹੁਣ ਸਾਡੀ ਇੱਕ ਮੂਵੀ ਆ ਰਹੀ ਸਰਹੱਦ ਉਹ ਖੁਦ ਮੈਂ ਪ੍ਰੋਡੂਸਰ ਆ ਉਹਦਾ ਕੋਦੀ ਲਿਖੀ ਆ ਤੇ ਉਹਦੀ ਵੀ ਸ਼ੂਟਿੰਗ ਆਪਾਂ ਜਲਦੀ ਚਾਲੂ ਕਰ ਰਹੇ ਆਂ ਤਾ ਥੋੜਾ ਜਿਹਾ ਕੰਮ ਖਤਮ ਹੋ ਜਾਵੇ ਤੇ ਇਸੇ ਕਾਰਨ ਆਪਾਂ ਤੁਹਾਨੂੰ ਕਹਿੰਦੀ ਆ ਵੀ ਘਰ ਜਦੋਂ ਵੀ ਕੋਈ ਆਏ ਵਾਕਿਆ ਵੇਖੇ ਵੀ ਆਹ ਨਿਕਤਾ ਪੀਵੀ ਕੀਤੀ ਦਾ ਘਰ ਆ ਹੋਣੇ ਤੁਹਾਡੀ ਧੀ ਇੱਕ ਸੈਲੀਬ੍ਰਿਟੀ ਬਣ ਚੁੱਕੀ ਆ ਹਾਂ ਜਿਵੇਂ ਸੈਲੀਬ੍ਰਿਟੀ ਪਿੱਛੇ ਲੋਕੀ ਫੋਟੋਆਂ ਖਿਚਾਉਂਦੇ ਸੈਲਫੀ ਖਿਚਾਉਂ ਜਾਂ ਆਲੋਗ੍ਰਾਫ ਲੈਣ ਦੌੜਦੇ ਨੇ ਉਦਾਂ ਹੀ ਤੁਹਾਡੀ ਧੀ ਦੇ ਮਗਰ ਦੌੜਦੇ ਨੇ ਕਿਦਾਂ ਮਹਿਸੂਸ ਕਰ ਰਹੇ ਹੋ ਵੀ ਮਗਰ ਮਗਰ ਹੁਣ ਧੀ ਅੱਗੇ ਅੱਗੇ ਤੇ ਲੋਕੀ ਮਗਰ ਮਗਰ ਮੈਂ ਕਿਹਾ ਭਾਜੀ ਜਦੋਂ ਕਿ ਆਪਾਂ ਕਿਤੇ ਵੀ ਜਾਂਦੇ ਆ ਨਾ ਉਹ ਕਹਿੰਦੇ ਆ ਵੀ ਭਾਜੀ ਅੰਕਲ ਫੋਟੋ ਲੈ ਲਈਏ ਕਿ ਮੈਂ ਕਹਿੰਦਾ ਲਓ ਕੋਈ ਵੀ ਇੰਨਾ ਕਿ ਦਿਲ ਨੂੰ ਖੁਸ਼ੀ ਹੁੰਦੀ ਹੈ ਅਗਰ ਕਿਸੇ ਦੀ ਜਾਣ ਪਹਿਚਾਨ ਹੈਗੀ ਸਾਨੂੰ ਕੋਈ ਕਿਉਂ ਨਹੀਂ ਕਹਿੰਦਾ ਵੀ ਤੁਹਾਡੇ ਨਾਲ ਫੋਟੋ ਖਿਚਾਉਣੀ ਹੈ ਅਗਰ ਮੈਂ ਕਿਹਾ ਹੁ ਬਾਰ ਕੈਨੇਡਾ ਅਮਰੀਕਾ ਹਰਿਆਣੇ ਦੇ ਵਿੱਚ ਪਿੰਡ ਪੈਂਦਾ ਵਾ ਇੱਕ ਕਲਾਂ ਨੌਰ ਉਥੋਂ ਉਥੋਂ ਕਮੈਂਟ ਆਈ ਵੀ ਹਰਿਆਣੇ ਜੀ ਵੀ ਤੁਹਾਡੀ ਫੋਲ ਪਹਿਚਾਨ ਹੈ ਦੀਦੀ ਤੇ ਅਸੀਂ ਤੁਹਾਡੇ ਫੈਨ ਆ ਦਿਲ ਤੋਂ ਫੈਨ ਆ ਤੇ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਜੀ ਬਿਲਕੁਲ ਨਿਕਤਾ ਸ਼ਰਮਾ ਇੱਕ ਉਹ ਨਾਮ ਹੈ ਜੋ ਕਿ ਹੁਣ ਸਿਰਫ ਇੰਡੀਆ ਨਹੀਂ ਬਾਹਰਲੇ ਮੁਲਕਾਂ ਚ ਵੀ ਕਾਫੀ ਪਪੂਲਰ ਹੋ ਚੁੱਕਾ ਹੈ ਕਾਫੀ ਆਪਣੀ ਜਗ੍ਹਾ ਬਣਾ ਚੁੱਕਾ ਹੈ ਨਾਮ ਬਣਾ ਚੁੱਕਾ ਹੈ ਕਿਉਂਕਿ ਚੰਗੇ ਚੰਗੇ ਸ਼ੈਰੋ ਸ਼ਾਇਰੀ ਚੰਗੀ ਚੰਗੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਕੇ ਇੰਨਾ ਕ ਨਾਮ ਕਮਾ ਲਿਆ ਹੈ ਵੀ ਹੁਣ ਲੋਕੀ ਆਪ ਆਉਂਦੇ ਹਨ ਸੈਲਫੀ ਖਿਚਉਣ ਵਾਸਤੇ ਜਾਂ ਮਿਲਣ ਵਾਸਤੇ ਸੋ ਕਾਫੀ ਮਾਣ ਵੀ ਮਹਿਸੂਸ ਹੁੰਦਾ ਘਰ ਵਾਲਿਆਂ ਨੂੰ ਵੀ ਨਿਕਤਾ ਸ਼ਰਮਨ ਨੂੰ ਵੀ ਕਿਉਂਕਿ ਹੁਣ ਇਸ ਟਾਈਮ 에 스타 ਬਣ ਚੁਕੇ ਹਨ ਸੋਸ਼ਲ ਮੀਡੀਆ 스타 ਬਣ ਚੁਕੇ ਹਨ ਸੋ ਅਸੀਂ ਵੀ ਕਹਿੰਦੇ ਹਾਂ ਵੀ ਸਾਡੇ ਵੱਲੋਂ ਵੀ ਤਰੱਕੀਆਂ ਬਖਸ਼ਣ ਰੱਬ ਨਮੀ ਉਮਰਾਂ ਕਰੇ ਅਤੇ ਇਸ ਨੂੰ ਹੋਰ ਤਰੱਕੀਆਂ ਬਖਸ਼ੇ ਸੋ ਸਾਨੂੰ ਵੀ ਸੋਸ਼ਲ ਮੀਡੀਆ ਤੇ ਕੋਈ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਵੀ ਇਸੇ ਤਰ੍ਹਾਂ ਹੀ ਕੋਈ ਚੰਗੇ ਕੰਮ ਕਰਕੇ ਸੋਸ਼ਲ ਮੀਡੀਆ ਪਾਈਏ ਤਾਂ ਜੋ ਅਸੀਂ ਵੀ ਕਿਸੇ ਬਲੰਦੀਆ ਤੱਕ ਪਹੁੰਚਾਂਗੇ ਨਾ ਕਿ ਸੋਸ਼ਲ ਮੀਡੀਆ ਨੂੰ ਕਿਸੇ ਰਫ ਜਾਂ ਲੱਛਰ ਦਾ ਕਹਿ ਸਕਦੇ ਆ ਉਸ ਪਾਸੇ ਵੱਲ ਜਾਈਏ ਕੈਮਰਾ ਪਸੰਦ ਜਿੰਦਲ ਕੁੰਨਰਾਲ ਜਸਿੰਦਰ ਭੇਦੀ ਐਨ ਆਈ ਟੀਵੀ ਪੰਜਾਬੀ ਗੁਰਦਾਸਪੁਰ